ਉੱਥੋਂ ਪਛਤਾਵਾ ਉਹਨਾਂ ਨਾਲ ਗੱਲ ਕਰਦੇ ਤਾਂ ਹੀ ਬਾਹਰ ਆਏ ਹਾਂ ਵੀ ਗੱਲ ਕਰ ਲਈਏ ਖਨੌਰੀ ਵਾਲਾ ਨਾ ਵੀ ਅਸਲ ਗੱਲ ਕੀ ਹੋਈ ਆ ਮਸਲਾ ਗੱਲ ਕਰੇਂਗੇ ਵਾਰਤਾ ਕੇ ਬਾਰੇ ਮੇਂ ਵੀ ਵਿਚਾਰ ਕਰਕੇ ਕਰੇਂਗੇ ਅਭੀ 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 ਸਭ ਆਪਕੋ ਪੀਸੀ ਮੇਂ ਕਰਕੇ ਬਤਾਏਂਗੇ ਬਸ ਰਹਿ ਕਰ ਲੈ ਮੈਂ ਬੋਲ ਰਹਾ ਹੂੰ ਅਭੀ ਵਿਚਾਰ ਕਰ ਲੈਣ ਦੀਜੀਏ ਫਿਰ ਹੀ ਬੋਲੇਂਗੇ ਸਾਨੂੰ ਤਸੱਲੀ ਕਰ ਲੈਂਦੇ ਹੋ ਤਾਂ ਉਹਦੇ ਚੋਂ ਅਸੀਂ ਮਤਲਬ ਉੱਠ ਕੇ ਚੱਲਦੇ ਹਾਂ ਸਰ ਜਿਹੜਾ ਯੂਨੀਅਨ ਮਿਨਿਸਟਰ ਨੇ ਇਨਵਾਈਟ ਕੀਤਾ ਟਾਕਸ ਵਾਸਤੇ ਜਾਣ ਕੇ ਬ੍ਰਦਰ ਹੈਦਰਾਬਾਦ ਸਾਨੂੰ ਜੋ ਇਹ ਕਮੇ ਗੱਲਾਂ ਕਰੀ ਜਾਂਦੇ ਹਾਂ ਸਾਨੂੰ ਪਹਿਲਾਂ ਤਸੱਲੀ ਕਰ ਲੈਂਦੇ ਹੋ ਸਾਡੇ ਉਧਰ ਰਿਪੋਰਟ ਮਿਲੀ ਸਾਨੂੰ ਬੈਠ ਕੇ ਨਾ ਇੱਕ ਆਰਾਮ ਨਾਲ ਕਰ ਦੋ ਮਿੰਟ ਦੀ ਚਾਹੇ ਪਲਾਨ ਵਿਚਾਰ ਕਰ ਲਓ ਅਸੀਂ ਕਰਾਂਗੇ ਪਹਿਲਾਂ ਸਾਨੂੰ ਰਿਪੋਰਟ ਤਾਂ ਲੈ ਲੈਂਦੇ ਵੀ ਸਾਡੇ ਬੰਦੇ ਦਾ ਉੱਥੇ ਕੀ ਪੋਜੀਸ਼ਨ ਹੈ ਕੀ ਹੋਇਆ ਹੈ ਖਨੌਰੀ ਦੇ ਉੱਤੇ ਸਾਨੂੰ ਪਤਾ ਕਰ ਲੈਂਦੇ ਹੋ ਵੀ ਕੀ ਹੋਇਆ ਉਸ ਤੋਂ ਬਾਅਦ ਅਸੀਂ ਪ੍ਰੈਸ ਦੇ ਸਾਹਮਣੇ ਸਾਰਾ ਕੁਝ ਮਤਲਬ ਬਰੀਫ ਕਰਾਂਗੇ ਰੱਬਾ ਫਿਰ ਉਹੀ ਕਿਉਂ ਮਤਲਬ ਜੇ ਸਾਨੂੰ ਅਸੀਂ ਇੱਕ ਮਿੰਟ ਸਾਨੂੰ ਇਹ ਕਹਿ ਰਹੇ ਸੀਗੇ ਤਾਂ ਹੀ ਅਸੀਂ ਬੈਠੇ ਬੈਠੇ ਸੀਗੇ ਸਵਾਲ ਇਹ ਨਹੀਂ ਹੈ ਪਰ ਅਰਜ਼ ਕੀ ਹੈ ਸਾਨੂੰ ਅਧਿਕਾਰੀਆਂ ਨੇ ਕਿਹਾ ਸੀਗਾ ਮੀਟਿੰਗ ਹੋ ਰਹੀ ਹੈ ਉਸ ਮੀਟਿੰਗ ਦੇ ਉੱਤੇ ਚਰਚਾ ਹੋ ਰਹੀ ਸੀ ਸਵਾਲ ਇਹ ਹੈ ਕਿ ਉਹਨੇ ਦੇ ਵਿੱਚ ਇਨ ਟਾਈਮ ਸਾਨੂੰ ਰਿਪੋਰਟ ਮਿਲੀ ਹੈ ਕਿ ਉਧਰਲੇ ਪਾਸੇ ਇੱਕ ਮੁੰਡੇ ਦੀ ਡੈਥ ਹੋਈ ਹੈ ਉਹਦਾ ਸਾਨੂੰ ਪਤਾ ਕਰ ਲੈਂਦੇ ਹੋ ਕਿ ਕੀ ਹੈ ਉਸ ਤੋਂ ਬਾਅਦ ਪੀਸੀ ਕਰਾਂਗੇ ਉਸ ਤੋਂ ਬਾਅਦ ਅਸੀਂ ਹੋ ਸਕਦਾ ਮੀਟਿੰਗ ਹੀ ਇਹ ਜੇ ਹੋਈ ਆ ਘਟਨਾ ਫਿਰ ਅਸੀਂ ਮੀਟਿੰਗ ਕਾਹਦੀ ਕਰਾਂਗੇ ਹਜੇ ਨਹੀਂ ਜਿਹੜਾ ਸੱਦਾ ਪੱਤਰ ਜੇ ਆਉਂਦਾ ਹੈ ਯਾਰ ਕਮਾਲ ਹਾਏ ਰੱਬਾ ਕਮਾਲ ਹੋ ਗਈ ਤੁਸੀਂ ਪੱਤਰਕਾਰ ਹੋ ਯਾਰ ਕਿਉਂ ਮਤਲਬ